ਮੇਰਾ ਸਤਿਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ, ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ। ਸਤ ਸੰਗਤ, ਅੱਜ ਆਪਾਂ ਬੇਨਤੀਆਂ ਸਾਂਝੀਆਂ ਕਰਨੀਆਂ ਨੇ ਖਾਸ ਵਿਸ਼ੇ ਤੇ। ਪਿਆਰਿਓ, ਗੁਟਕਾ ਸਾਹਿਬ ਤੋਂ ਪਾਠ ਦਾ ਜ਼ਿਆਦਾ ਫਲ ਮਿਲਦਾ ਹੈ ਜਾਂ ਫਿਰ ਮੋਬਾਈਲ ਤੋਂ ਪਾਠ ਦਾ ਫਲ? ਜੋ ਬੀਬੀਆਂ ਅਤੇ ਭਰਾਵਾਂ ਨੂੰ ਪਾਠ ਦਾ ਫਲ ਨਹੀਂ ਮਿਲਦਾ ਤਾਂ ਉਹ ਇਹ ਜ਼ਰੂਰ ਸੁਣ ਲੈਣ, ਆਪਾਂ ਬੇਨਤੀਆਂ ਸਾਂਝੀਆਂ ਕਰਨੀਆਂ ਨੇ। ਪਹਿਲਾਂ ਤਾਂ ਫਤਿਹ ਬੁਲਾਓ, ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤ ਸੰਗਤ, ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਰਹਿਮਤ ਸਭਨਾਂ 'ਤੇ ਵਰਤਦੀ ਹੈ। ਅਤੇ ਪਿਆਰਿਓ, ਆਪਾਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਰਹਿਮਤ ਦੇ ਹੱਕਦਾਰ ਹਾਂ। ਜਦੋਂ ਆਪਾਂ ਉਸਦਾ ਬਚਨ ਮੰਨਦੇ ਹਾਂ, ਉਹਦੇ ਬਚਨ 'ਤੇ ਆਪਾਂ ਪਹਿਰਾ ਦਿੰਦੇ ਹਾਂ, ਅਤੇ ਪਿਆਰਿਓ ਸਤਿਗੁਰੂ ਜੀ ਫਿਰ ਬੜੀ ਵੱਡੀ ਕਿਰਪਾ ਕਰਦੇ ਨੇ, ਬੜੀ ਵੱਡੀ ਰਹਿਮਤ ਕਰਦੇ ਨੇ। ਹੁਣ ਸਾਧ ਸੰਗਤ, ਜਦੋਂ ਵੀ ਬਾਣੀ ਪੜ੍ਹਾਂਗੇ, ਸਤਿਗੁਰ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਦਾ ਨਿਤਨੇਮ ਕਰਾਂਗੇ, ਪਾਠ ਕਰਾਂਗੇ, ਅਤੇ ਪਿਆਰਿਓ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦਾ ਪਾਠ ਕਦੇ ਵੀ ਸਾਨੂੰ ਨਹੀਂ ਪਿਆਰਿਓ ਵਹਿਮ ਕਰਕੇ ਕਰਨਾ ਚਾਹੀਦਾ। ਮਨ ਦੇ ਵਿੱਚ ਕਿਸੇ ਪ੍ਰਕਾਰ ਦਾ ਜਿਹੜਾ ਵਹਿਮ ਹੈ ਉਹ ਕਦੀ ਨਹੀਂ ਕਰਨਾ ਚਾਹੀਦਾ, ਮਨ ਦੇ ਵਿੱਚ ਵਹਿਮ ਨਹੀਂ ਕਰਨਾ ਚਾਹੀਦਾ। ਮਨ ਦੇ ਵਿੱਚ ਇਹ ਵਹਿਮ ਨਾ ਹੋਵੇ ਕਿ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦਾ ਪਾਠ ਮੈਂ ਕੀਤਾ ਜੀ, ਫਲ ਮਿਲੇਗਾ ਜਾਂ ਫਿਰ ਨਹੀਂ ਮਿਲੇਗਾ, ਮੇਰੇ 'ਤੇ ਕਿਰਪਾ ਹੋਣੀ ਹੈ ਜਾਂ ਨਹੀਂ ਹੋਣੀ। ਸਤ ਸੰਗਤ, ਇੱਦਾਂ ਦਾ ਜਿਹੜਾ ਮਨ ਦੇ ਵਿੱਚ ਵਹਿਮ ਹੈ ਉਹ ਕਦੀ ਵੀ ਨਹੀਂ ਹੋਣਾ ਚਾਹੀਦਾ, ਕਦੀ ਵੀ ਨਹੀਂ। ਪਿਆਰਿਓ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਰਹਿਮਤ ਉਦੋਂ ਵਰਤਦੀ ਹੈ ਜਦੋਂ ਅਸੀਂ ਇਸ ਗੱਲ ਨੂੰ ਜਿਹੜਾ ਹੈ ਉਹ ਸਮਝ ਲੈਂਦੇ ਹਾਂ, ਇਸ ਗੱਲ ਨੂੰ ਅਸੀਂ ਵਿਚਾਰ ਲੈਂਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ, ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਰਹਿਮਤ ਸਾਡੇ ਉੱਪਰ ਉਦੋਂ ਵਰਤਦੀ ਹੈ ਜਦੋਂ ਅਸੀਂ ਉਹਦੀ ਕਿਰਪਾ, ਉਹਦੀ ਰਹਿਮਤ ਨੂੰ ਸਮਝਣ ਦੇ ਵਿੱਚ ਕਾਮਯਾਬ ਹੋ ਜਾਂਦੇ ਹਾਂ, ਭਾਵ ਕਿ ਗੁਰੂ ਪਾਤਸ਼ਾਹ ਮੇਤੋਂ ਬਾਹਰ ਨਹੀਂ ਨੇ, ਸਤਿਗੁਰੂ ਮੇਤੋਂ ਬਾਹਰ ਨਹੀਂ ਨੇ। ਪਿਆਰਿਓ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਰਹਿਮਤ ਦੇ ਹੱਕਦਾਰ ਬਣਨਾ ਹੈ ਅਤੇ ਪਿਆਰਿਓ ਫਿਰ ਸਤਿਗੁਰੂ ਦੀ ਪਾਵਨ ਬਾਣੀ ਦਾ ਨਿਤਨੇਮ ਕਰਨਾ ਪਏਗਾ, ਪਾਠ ਕਰਨਾ ਪਏਗਾ। ਔਰ ਜਦੋਂ ਵੀ ਆਪਾਂ ਗੁਰਬਾਣੀ ਪੜ੍ਹਦੇ ਹਾਂ, ਪਾਠ ਕਰਦੇ ਹਾਂ, ਅਤੇ ਸਾਧ ਸੰਗਤ ਉਸ ਵਕਤ ਮਨ ਦੇ ਵਿੱਚ ਕੋਈ ਖਿਆਲ ਨਾ ਹੋਵੇ, ਕੋਈ ਐਸਾ ਖਿਆਲ ਨਾ ਹੋਵੇ, ਅਤੇ ਇੱਕੋ ਖਿਆਲ ਹੋਵੇ, ਉਹ ਹੋਵੇ ਸਤਿਗੁਰੂ ਦੀ ਪਾਵਨ ਬਾਣੀ ਦਾ, ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਪਾਵਨ ਕਿਰਪਾ ਰਹਿਮਤ ਜਿਹੜੀ ਹੈ ਉਸਦਾ ਖਿਆਲ ਹੋਵੇ। ਪਿਆਰਿਓ, ਕਿਉਂਕਿ ਬਖਸ਼ਣ ਵਾਲਾ ਗੁਰੂ ਹੈ, ਜਿਸਨੂੰ ਬਖਸ਼ੇ ਸਿਫਤ ਸਲਾਹਾ, ਜਿਸਨੂੰ ਉਹ ਸਿਫਤ 'ਤੇ ਸਲਾਹ ਬਖਸ਼ ਦੇਵੇ ਅਤੇ ਦਾਤ ਦੇ ਦੇਵੇ ਇਹ, ਅਤੇ ਪਿਆਰਿਓ ਉਹਦੇ ਵਾਰੇ ਨਿਆਰੇ ਹੋ ਜਾਂਦੇ ਨੇ।
ਹੁਣ ਇੱਕ ਬੇਨਤੀ ਕਰਦਾ ਸਤ ਸੰਗਤ ਜੀਓ, ਮਨ ਦੇ ਵਿੱਚ ਖਿਆਲ ਬਹੁਤ ਆਉਂਦੇ ਨੇ ਕਿ ਗੁਟਕਾ ਸਾਹਿਬ ਤੋਂ ਪਾਠ ਦਾ ਜ਼ਿਆਦਾ ਫਲ ਮਿਲਦਾ ਹੈ ਜਾਂ ਫਿਰ ਮੋਬਾਈਲ ਤੋਂ ਪਾਠ ਕੀਤੇ ਆ। ਸਤ ਸੰਗਤ, ਇਹ ਸਵਾਲ ਬਹੁਤ ਕੰਪਲੀਕੇਟਿਡ ਹੈ ਅਤੇ ਅੱਜ ਦੇ ਸਮੇਂ ਦੇ ਨਾਲ ਸੰਬੰਧਿਤ ਹੈ, ਇਸ ਕਰਕੇ ਮੈਂ ਥੋੜ੍ਹਾ ਜਿਹਾ ਖੁੱਲ੍ਹ ਕੇ ਇਹਦੇ 'ਤੇ ਬੇਨਤੀ ਕਰਨੀ ਚਾਹਾਂਗਾ। ਪਿਆਰਿਓ, ਜਦੋਂ ਅਸੀਂ ਘਰ ਦੇ ਵਿੱਚ ਮੌਜੂਦ ਹਾਂ ਤਾਂ ਗੁਟਕਾ ਸਾਹਿਬ ਤੋਂ ਪਾਠ ਕਰ ਲੈਣਾ ਚਾਹੀਦਾ ਹੈ। ਜਦੋਂ ਕਿਤੇ ਮਜਬੂਰੀ ਵਾਸਤਾਂ ਅਸੀਂ ਬਾਹਰ ਹਾਂ, ਵੀ ਮੰਨ ਲਓ ਅਸੀਂ ਗੁਟਕਾ ਸਾਹਿਬ ਨਾਲ ਨਹੀਂ ਲਿਜਾ ਸਕਦੇ ਜਾਂ ਫਿਰ ਗੁਟਕਾ ਸਾਹਿਬ ਨਾਲ ਲਿਜਾਣਾ ਕੋਈ ਐਸੀ ਹਾਲਾਤ ਨਹੀਂ ਹਨ ਅਤੇ ਸਾਫ਼ ਸਫਾਈ ਧਿਆਨ ਨਹੀਂ ਹੈ ਜਾਂ ਫਿਰ ਕੀ ਸਿਸਟਮ ਹੈ, ਉਦੋਂ ਫਿਰ ਅਸੀਂ ਫੋਨ ਤੋਂ ਪਾਠ ਕਰ ਲਈਏ ਜਾਂ ਫਿਰ ਸਫ਼ਰ 'ਤੇ ਜਾ ਰਹੇ ਹਾਂ, ਬਾਹਰ ਜਾ ਰਹੇ ਹਾਂ ਗੱਡੀ ਦੇ ਵਿੱਚ ਹਾਂ ਜਾਂ ਮੋਟਰਸਾਈਕਲ 'ਤੇ ਹਾਂ, ਅਤੇ ਫਿਰ ਅਸੀਂ ਮੋਬਾਈਲ ਤੋਂ ਪਾਠ ਕਰ ਸਕਦੇ, ਕਿਉਂਕਿ ਜ਼ਿਆਦਾਤਰ ਹੁੰਦਾ ਵੀ ਆਪਣੇ ਜ਼ਿਆਦਾ ਨਿਤਨੇਮ ਜਿਹੜਾ ਕੰਠ ਹੋ ਜਾਂਦਾ ਅਤੇ ਮਾੜਾ ਮੋਟਾ ਜਿੱਥੇ ਆਪਾਂ ਨੂੰ ਲੱਗਦਾ ਵੀ ਅਸੀਂ ਭੁੱਲ ਰਹੇ ਹਾਂ ਜਾਂ ਸ਼ੁੱਧਤਾ ਹੀ ਨਹੀਂ, ਉੱਥੋਂ ਆਪਾਂ ਮਾੜਾ ਮੋਟਾ ਵੇਖਦੇ ਹੁੰਦੇ ਹਾਂ, ਉੱਥੋਂ ਅਸੀਂ ਦੇਖਦੇ ਹੁੰਦੇ ਹਾਂ ਮਾੜਾ ਮੋਟਾ। ਸਤ ਸੰਗਤ, ਇਹ ਬੇਨਤੀ ਮੈਂ ਤਾਂ ਕਰਕੇ ਸਾਂਝੀ ਕਰ ਰਿਹਾ ਵੀ ਸਵਾਲ ਬਹੁਤ ਸੀ ਵੀ ਗੁਟਕਾ ਸਾਹਿਬ ਤੋਂ ਪਾਠ ਕਰੀਏ ਜਾਂ ਮੋਬਾਈਲ ਤੋਂ ਕਰੀਏ। ਸਤ ਸੰਗਤ, ਜ਼ਿਆਦਾਤਰ ਪਾਠ ਜਿਹੜਾ ਉਹ ਸਾਨੂੰ ਮਜਬੂਰੀ ਬਸ ਮੋਬਾਈਲ ਤੋਂ ਕਰ ਲੈਣਾ ਚਾਹੀਦਾ, ਪਰ ਨਹੀਂ ਤਾਂ ਫਿਰ ਗੁਟਕਾ ਸਾਹਿਬ ਦਾ ਇਸਤੇਮਾਲ ਸਾਨੂੰ ਕਰਨਾ ਚਾਹੀਦਾ ਹੈ। ਗੁਟਕਾ ਸਾਹਿਬ ਦਾ ਪਾਠ ਕਰੀਏ, ਗੁਟਕਾ ਸਾਹਿਬ ਤੋਂ ਪਾਠ ਕਰੀਏ। ਔਰ ਪਿਆਰਿਓ, ਘਰ ਦੇ ਵਿੱਚ ਬੀਬੀਆਂ ਭੈਣਾਂ ਜਿਹੜੀਆਂ ਸੀ ਉਹ ਪੁਰਾਣੇ ਸਮਿਆਂ ਦੇ ਵਿੱਚ ਵੀਰ ਭਰਾ ਉਹ ਗੁਟਕਾ ਸਾਹਿਬ ਸੀ, ਗੁਟਕਾ ਸਾਹਿਬ ਤੋਂ ਪਾਠ ਕਰਦੇ ਸੀ। ਇੱਕ ਤਾਂ ਇਹ ਵੀ ਸਾਡੇ ਬੱਚਿਆਂ ਨੂੰ ਪਤਾ ਲੱਗਦਾ, ਹੁਣ ਅੱਜ ਕੱਲ੍ਹ ਦਾ ਜ਼ਮਾਨਾ ਹੈ, ਹੁਣ ਤੁਸੀਂ ਮੋਬਾਈਲ ਲੈ ਕੇ ਬੈਠੋਗੇ, ਹੁਣ ਅਗਲੇ ਨੂੰ ਕੀ ਪਤਾ ਵੀ ਪਾਠ ਕਰ ਰਹੇ ਹੋ, ਸਾਹਮਣੇ ਵਾਲੇ ਨੂੰ ਜਿਹਨੇ ਸਕਰੀਨ ਦੇ ਵਿੱਚ ਨਹੀਂ ਵੇਖਿਆ ਵੀ ਤੁਸੀਂ ਮੋਬਾਈਲ ਚਲਾ ਰਹੇ ਹੋ ਜਾਂ ਪਾਠ ਕਰ ਰਹੇ ਹੋ। ਜਦੋਂ ਗੁਟਕਾ ਸਾਹਿਬ ਚੱਕਿਆ ਹੋਏਗਾ ਉਹਨੂੰ ਪਤਾ ਹੋਏਗਾ ਵੀ ਬੰਦਾ ਪਾਠ ਕਰ ਰਿਹਾ, ਇਹ ਬੰਦਾ ਪਾਠ ਦੇ ਵਿੱਚ ਹੈ, ਇਹਦੀ ਸੁਰਤ ਜੁੜੀ ਹੋਈ ਹੈ। ਸਤ ਸੰਗਤ, ਅਤੇ ਉਦੋਂ ਫਿਰ ਕੋਈ ਗਲਤੀ ਨਹੀਂ ਹੁੰਦੀ, ਉਦੋਂ ਫਿਰ ਕੋਈ ਐਸੀ ਵਿਚਾਰਧਾਰਾ ਨਹੀਂ ਹੁੰਦੀ, ਅਤੇ ਪਿਆਰੇ ਉਦੋਂ ਬੰਦੇ ਨੂੰ ਸਮਝ ਲੱਗ ਜਾਂਦਾ ਵੀ ਨਿਤਨੇਮ ਦੇ ਵਿੱਚ ਬੰਦਾ ਵਿਅਸਤ ਹੈ, ਨਾ ਸ਼ੋਰ ਸ਼ਰਾਬਾ, ਉਹਨੂੰ ਆਟੋਮੈਟਿਕ ਹੀ ਪਤਾ ਲੱਗ ਜਾਂਦਾ, ਜ਼ਿਆਦਾ ਦੱਸਣ ਦੀ ਲੋੜ ਹੀ ਨਹੀਂ ਰਹਿੰਦੀ। ਪਿਆਰਿਓ, ਬੇਨਤੀ ਕਰਾਂ, ਸਿਫਤ ਖਜ਼ਾਨਾ ਬਖਸ਼ ਹੈ, ਜਿਸ ਬਖਸ਼ੈ ਸੋ ਖਰਚੈ ਖਾਏ। ਇਹ ਸਿਫਤ ਦਾ ਜਿਹੜਾ ਖਜ਼ਾਨਾ ਹੈ, ਜਿਹਨੂੰ ਸਤਿਗੁਰੂ ਬਖਸ਼ ਦੇਵੇ ਉਹ ਫਿਰ ਬਖਸ਼ਿਆ ਜਾਂਦਾ ਗੁਰੂ ਦੇ ਦੁਆਰੇ 'ਤੇ, ਅਤੇ ਖਰਚਦਾ ਵੀ ਹੈ ਅਤੇ ਖਾਂਦਾ ਵੀ ਹੈ, ਉਹ ਦੂਜਿਆਂ ਨੂੰ ਵੀ ਵੰਡਦਾ ਹੈ। ਪਿਆਰਿਓ, ਜੇ ਗੁਰ ਝਿੜਕੇ ਤਾਂ ਮਿੱਠਾ ਲੱਗੈ, ਜੇ ਬਖਸ਼ੇ ਤਾਂ ਗੁਰ ਵਡਿਆਈ। ਫਿਰ ਇਹ ਅਵਸਥਾ ਬਣ ਜਾਂਦੀ ਹੈ ਵੀ ਜੇ ਗੁਰੂ ਝਿੜਕਦਾ ਵੀ ਹੈ ਤਾਂ ਮਿੱਠਾ ਲੱਗਦਾ, ਜੇ ਬਖਸ਼ ਦੇਵੇ ਤਾਂ ਉਹ ਗੁਰੂ ਦੀ ਵਡਿਆਈ ਹੈ, ਉਹ ਸੱਚੇ ਪਾਤਸ਼ਾਹ ਦੀ ਵਡਿਆਈ ਹੈ, ਉਹ ਗੁਰੂ ਦੀ ਸਭ ਤੋਂ ਵੱਡੀ ਵਡਿਆਈ ਹੈ। ਪਿਆਰਿਓ, ਜਦੋਂ ਗੁਰੂ ਬਖਸ਼ ਦਿੰਦਾ ਹੈ ਤਾਂ ਆਪਣੇ ਮਨ ਵਿੱਚ ਵੀ ਇਸ ਗੱਲ ਨੂੰ ਲੈ ਕੇ ਜਿਹੜਾ ਹੈ ਸਵਾਲ ਬਣਦਾ ਹੈ। ਮੈਂ ਬੇਨਤੀਆਂ ਤਾਂ ਕਰਕੇ ਸਾਂਝੀਆਂ ਕੀਤੀਆਂ ਪਿਆਰਿਓ, ਕਿ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਰਹਿਮਤ। ਦੇਖਿਓ, ਇੱਕ ਬੇਨਤੀ ਸਮਝੋ, ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੈ। ਅਸੀਂ ਤਾਂ ਗਰੀਬ ਹਾਂ, ਇੱਕ ਸੇਵਕ ਹਾਂ, ਉਹ ਪਰਮਾਤਮਾ ਵੱਡਾ ਹੈ, ਉਹ ਰੱਖਣ ਵਾਲਾ ਹੈ, ਰਖਵਾਲਾ ਹੈ, ਉਹਦੇ ਭਾਣੇ ਤੋਂ ਕਦੇ ਬਾਹਰ ਨਹੀਂ ਚੱਲਣਾ ਚਾਹੀਦਾ, ਅਤੇ ਜਿਹੜੇ ਉਹਦੇ ਭਾਣੇ ਤੋਂ ਬਾਹਰ ਚੱਲਦੇ ਨੇ ਅਤੇ ਪਿਆਰਿਓ, ਫਿਰ ਯਾਦ ਰੱਖਿਓ, ਥੋੜ੍ਹੀਆਂ ਜਿਹੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਹੜੇ ਉਹਦੇ ਭਾਣੇ ਵਿੱਚ ਚੱਲਦੇ ਨੇ, ਆਪਣਾ ਭਾਣਾ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ, ਅਤੇ ਪਿਆਰਿਓ, ਸਤਿਗੁਰੂ ਦੇ ਭਾਣੇ ਦੇ ਵਿੱਚ
ਮਨ ਮਨ ਰੇ ਗੁਰ ਕੈ ਭਾਣੇ ਚੱਲ। ਇਹ ਵੀ ਸਤਿਗੁਰ ਨੇ ਕਿਹਾ ਕਿ ਭਲਿਆ ਗੁਰੂ ਦੇ ਭਾਣੇ ਵਿੱਚ ਚੱਲ। ਤੇ ਪਿਆਰਿਓ ਪਾਠ ਕਰੋ ਗੁਟਕਾ ਸਾਹਿਬ ਤੋਂ, ਮਜਬੂਰੀ ਬਸ ਕਦੇ ਮੋਬਾਈਲ ਤੋਂ ਪਾਠ ਕੀਤਾ ਜਾ ਸਕਦਾ ਹੈ। ਔਰ ਪਿਆਰਿਓ ਸ਼ੁੱਧ ਅਰਥਾਂ ਨੂੰ ਸਮਝੀਏ, ਪੜ੍ਹੀਏ, ਵਿਚਾਰੀਏ, ਸ਼ੁੱਧ ਬਾਣੀ ਪੜ੍ਹੀਏ। ਜਿੱਥੇ ਸਮਝ ਨਾ ਲੱਗੇ, ਲੱਗਦਾ ਵੀ ਇੱਥੇ ਮਨ ਨੂੰ ਸੰਤੁਸ਼ਟੀ ਨਹੀਂ, ਵੀ ਇੱਥੇ ਸ਼ਬਦ ਅਸੀਂ ਗਲਤ ਬੋਲ ਰਹੇ ਹਾਂ, ਪ੍ਰਪੇਰੈਂਸ ਨਹੀਂ, ਉਹ ਕਿਸੇ ਤੋਂ ਸਮਝ ਲਈਏ ਤੇ ਪਿਆਰਿਓ ਸ਼ੁੱਧ ਪਾਠ ਕਰੀਏ। ਕਹਿਣ ਤੋਂ ਭਾਵ ਓਨਾ ਹੀ ਸ਼ੁੱਧ ਫਲ ਮਿਲੇਗਾ, ਜਲਦੀ ਮਿਲੇਗਾ। ਇਹ ਸਮਝ ਲਿਓ ਬੇਨਤੀ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।